ਤੈਨੂੰ ਤਾਂ ਕਰਨਾ ਹੀ ਆ ਝੂਟੇ ਤੇ ਚੜ ਕੇ ਵੈਰੀ ਕੁੱਟੇ ਉਈ 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 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਸ ਵੀਡੀਓ ਵਿੱਚ ਆਪਾਂ ਕਰਨ ਵਾਲੇ ਹਾਂ ਪ੍ਰੈਂਕ ਚੈਲੰਜ ਵਲੌਗ ਕੁਛ ਤਾਂ ਕਰਨ ਹੀ ਵਾਲਿਆ ਕੀ ਕਰਨ ਵਾਲੇ ਆ ਆਪਾਂ ਕੁਲੂ ਕਰਨ ਲੱਗੇ ਹਾਂ ਆਪਾਂ ਕਰਨ ਵਾਲੇ ਹਾਂ ਚੈਲੰਜ ਵਿੱਚ ਵੀਡੀਓ ਵੀਡੀਓ ਦਾ ਚੈਲੰਜ ਠੀਕ ਹੈ ਵੀਡੀਓ ਚੈਲੰਜ ਹਾਂ ਲੋਕ ਕਰਦੀ ਹੈ ਚਾਹੇ ਕਰਦੀ ਹੈ ਚਾਹੇ ਅਤੇ ਇਹ ਇੱਦਾਂ ਦਾ ਹੋਊਗਾ ਇਹ ਹੋਊਗਾ ਜਿਵੇਂ ਇਹਦਾ ਮਤਲਬ ਅਮਨਜੀਤ ਦੱਸਣ ਗਿਆ ਮੈਂ ਦੱਸਿਓ ਮਾੜਾ ਜਿਹਾ ਇਹ ਬਹੁਤ ਵਧੀਆ ਹੋਣ ਵਾਲਾ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਮਜ਼ਾ ਆ ਜਾਣਾ ਸੱਚੀ ਕਹਿਣਾ ਅੱਛਾ ਜੀ ਤੁਹਾਡਾ ਇੱਕ ਵੀ ਮਿੰਟ ਵਿਅਰਥ ਨਹੀਂ ਜਾਊਗਾ ਉਹ ਵਿਅਰਥ ਵਿਅਰਥ ਬੜੇ ਮੈਂ ਭਾਵੁਕ ਹੋ ਕੇ ਸ਼ਬਦ ਕਹਿ ਰਿਹਾ ਮੈਂ ਐਸ ਐਸ ਟੀ ਲੈ ਆਇਆ ਵਿੱਚ ਸੋਰੀ ਮੈਂ ਵਿਅਰਥ ਮੇਰਾ ਭਰਾ ਭਾਵੁਕ ਹੋ ਰਿਹਾ ਹੁਣ ਬਾਕੀ ਆਪਾਂ ਅੰਦਰ ਜਾ ਕੇ ਦੱਸਦੇ ਹਾਂ ਤੁਹਾਨੂੰ ਹਾਂ ਚਲੋ आज इस वीडियो में हम करने वाले हैं बहुत ही घातक चैलेंज जिसका नाम है अमन जी दसणगे थोनू की नाम है उहदा नाम बहुत खतरनाक है उहदा नाम विस्पर चैलेंज ते ओ चैलेंज विच की होगा नहीं नहीं ओ जा कुछ नहीं हैगा ए इंग्लिश विच कहंदे विस्पर चैलेंज मैनूं तां पता भी नहीं सीगा बट पंजाबी च ए सी ना कि इहदे लगे होणगे हैडफोन विच चलदे होणगे गाने ते इहनूं असीं इशारिआं नाल कोई वर्ड कोई डायलॉग जां कोई मतलब गाना दसांगे मतलब बोल के लिपसिंग करके तो इन्हें बुझना वा वो तो जे बुझ गया तो ठीक है जे ना बुझे फिर बुझड़ आ तो इदा ही दोवें जने करांगे तो जिहड़ा एंड ते हार गया उन्हूं एक डेयर मिलेगा भाई जिवें जिवें बुझ ले जे फिर मैं बुझना जे मैं नहीं ना बुझ सकिया फिर अनबुझना टोटल 10 राउंड होणगे 5 5 दे 5 5 बाद जिन्हें पॉइंट वध होए वह जित गया जिन्हें घट होए हार गया फटाफट पूरा देखो वीडियो नूं फटाफट चलो चलो हुण आपां स्टार्ट करदे आं डेयर गल इदा कि इहदे हैडफोन लगे हुए आ ते आपां इत्थे कोई वधिया गाना चला देंगे पूरा तगड़ा जिहा गाना है ना जिन्हां इहनूं आवाज़ मतलब कोई सुने ना होर ते किहड़ा चलाईए आपां देख लैंदे आं ते जिहड़े गाना चल पिया इक वारी आपां टेस्ट करांगे इहनूं सुणदा तां नहीं कुछ मैनूं 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 सुणन दे पहलां ना मैं टेस्ट करां बोली दूं हाँ किवें आ वीरे तूं ठीक है हाँ इहनूं साफ नहीं सुणदा नहीं सुणदी जमा वी हुण मैं बोलन लग्गा गाना तूं बुझना ठीक है दस पुत तेरा हैड डाउन कास तों ਚੰਗਾ ਭਲਾ ਹੱਸਦਾ ਸੀ ਮੋਹਨ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੋਹਨ ਕਾਸ ਤੋਂ ਇੱਕ ਹੋ ਗਿਆ ਠੀਕ ਹੈ ਦਸਾਂ ਤੋਂ ਇੱਕ ਆ ਇਹਦਾ ਠੀਕ ਹੈ ਹਜੇ ਹੁਣ ਮੇਰੀ ਵਾਰੀ ਆ ਹੁਣ ਇਹ ਮੈਨੂੰ ਮਤਲਬ ਦੇਵ ਸਿੰਘ ਕਰਕੇ ਦਿਖਾਊਗਾ ਤੇ ਮੈਂ ਬੁੱਝੂਗਾ ਠੀਕ ਆ ਗਾਣਾ ਮੈਂ ਦੇਦਾ ਸਟਾਰਟ ਕਰਨ ਲੱਗਾ ਵੀਰੇ ਪੂਰੇ ਲਿਪ ਸਿੰਗ ਵੀ ਕਰ ਯਾਰ ਬਾਈ ਤੇਰਾ ਮੂੰਹ ਖੜਾ ਸੀ ਨਾ ਦੇਖ ਤੇ ਦੀਪ ਨਾਲ ਬੋਲੀ ਜਾਂਦਾ ਮਨ ਦੀਪ ਸਿੰਘ ਕਰੀ ਜਾਂਦਾ ਦੁਬਾਰਾ ਦੁਬਾਰਾ ਲਿਆ ਲਈ ਲਿਆ ਦੇ ਕਿਰਨ ਪੈਰਾਂ ਵਿੱਚ ਕਿਵੇਂ 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 ਥੱਲੇ ਜਿਹੜੇ ਥੱਲੇ ਜਾਣਾ ਵੱਧ ਜਾਣਾ ਨਹੀਂ ਕਿਰਨ ਇਹ ਧਰਤੀ ਮੇਰੀ ਮਾਂ ਹੈ मुझे मजाक नहीं उड़वाना अपनी चीज का मैं नहीं बताऊंगा रिंग लाइट तो बिना गोली नहीं बजती गाना तो नहीं बंद हो गया मेरा बाप नु किवें करी इशारा यार दोबारा बोल मेरा मेरा बाप बच्चा ओए मेरा बच्चा मेरा मेरा बाप बाप हुन किवें करिए यार बाप 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 बदमाश था मैं भी बदमाश हूं ठीक है भाई ठीक है डन थैंक यू थैंक यू तेरे करके गोली ओही गोली उई 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 ऐदा ही लग गया मैनू समझ लग गया उई 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 ए की गल बनी चुई थोड़ी ना दा 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 तेरे करके थप्पड़ मार के भादूंगा नहीं ओए तेरे करके थप्पड़ मार के दोनों मूसा भाई ने चुप करा दा मैं बात बनी कोई सेंस आया इस बात की कोई सेंस है इस बात की नहीं तेरे करके जजी भी तेरे करके पुलिस तेरे करके स्टार
ਤੇਰੇ ਕਰਕੇ ਘੁੰਮ ਗਿਆ ਮੈਂ, ਤੇਰੇ ਕਰਕੇ ਮੈਂ ਸ਼ਕਤੀਮਾਨ ਬਣ ਗਿਆ। ਨਹੀਂ ਹਾਰ ਗਿਆ ਬਈ ਇਹ, ਓਏ ਦੇ ਇਧਰ ਤੇਰੇ ਹਾਰ ਗਿਆ, ਸੁਣ ਗਿਆ ਇਹਨੂੰ ਦੇਖੀ ਤੇਰੇ ਹਾਰ ਗਿਆ, ਸੁਣ ਗਿਆ ਆਈਗਾ ਉੱਚੀ ਬੋਲਣਾ, ਮੈਂ ਲਿਪ ਸਿੰਘ ਵਾਲੀ ਗੱਲ ਥੋੜੀ ਸਮਝੂ, ਤੇਰੇ ਕਰਕੇ ਹਾਰ ਗਿਆ ਮੈਂ ਯਾਰ, ਤੇਰੇ ਕਰਕੇ ਨੀ ਹੁਟਰ ਵਜਾਉਣੇ ਪੈਂਦੇ ਨੇ ਤੇਰੇ ਕਰਕੇ, ਇਹ ਗਾਣਾ ਸੀਗਾ। ਇੰਨੀ ਵਾਰੀ ਤਾਂ ਭਗਾਉਂਦੇ ਆ ਓਏ ਬਾਈ, ਕੀ ਤੁਸੀਂ ਸੁਣਦੇ ਹੋ? ਨਹੀਂ ਆ, ਤੁਸੀਂ ਵੀ ਸੁਣਦੇ ਹੋ, ਤੁਸੀਂ ਵੀ ਸੁਣਿਆ ਓਏ ਓਏ, 79 ਦੇ ਗਾਣੇ ਸੁਣੀ ਜਾਂਦਾ ਓਏ ਉਹ ਭਰਾਵਾ। ਨਹੀਂ ਬਾਈ ਹਾਰ ਗਿਆ ਤੂੰ, ਤੂੰ ਵੀ ਔਖਾ ਔਖਾ ਦੇ। ਚੱਲ 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 ਚੱਲ, ਫਿਰ ਹੁਣ ਦੇਖੀ, ਫਿਰ ਹੁਣ ਦੇਖੀ, ਚੱਲ ਸਟਾਰਟ। ਜਾਣੇ ਮੇਰੀ ਜਾਣੇ ਮਨ, ਬਚਪਨ ਕਾ ਪਿਆਰ ਮੇਰਾ ਭੁੱਲ ਨਹੀਂ ਜਾਣਾ ਰੇ, ਮੇਰਾ ਤੇਰਾ ਪਿਆਰ, ਮੇਰਾ ਬਚਪਨ ਕਾ ਪਿਆਰ ਮੇਰਾ ਭੁੱਲ ਨਹੀਂ ਜਾਣਾ ਰੇ। ਤੇ ਆਏ ਤਾਂ ਬੜੀ ਜਲਦੀ ਫੜ ਲੈ, ਨਹੀਂ ਆ ਰਹੀ ਹੈ, ਤੂੰ ਬੜਾ ਬੜਾ ਸੌਖਾ ਹੈ ਪੁੱਛਦੇ ਹੋ। ਲਿਪ ਸਿੰਕ ਕਰਨਾ ਤੂੰ ਤਾਂ ਬੋਲੀ ਜਾਂਦਾ ਉੱਚੀ ਉੱਚੀ, ਲਿਪ ਸਿੰਕ ਕਰੋ ਗੱਲੀ। ਓ ਸ਼ਿਟ, ਮੈਂ ਬੋਲ ਤਾਂ ਇਹ ਤਾਂ ਹੈ ਬਾਈ, ਹੁਣ ਇਹ ਨਹੀਂ ਮੰਨਿਆ ਜਾਣਾ, ਇਹ ਨਹੀਂ ਮੰਨਿਆ ਜਾਣਾ ਹੈ, ਮੇਰੇ ਨਾਲ ਹੈ ਇਹ, ਨਹੀਂ ਆ ਆਦਾ ਜਾਊਗਾ ਪਰ ਮੰਨਿਆ ਨਹੀਂ ਜਾਣਾ, ਰੋਂਡੀ ਖਾਈ ਜਾਂਦੇ ਲੋਕ ਪੀਂਦੇ ਗਾ। ਸੁਣ ਬਈ, ਚੱਲ ਹੁਣ ਤੂੰ ਅੱਜ, ਤੂੰ ਅਜੇ ਅੱਖਾਂ ਥੱਲੇ ਨਹੀਂ ਸੱਟੀਆਂ, ਤੂੰ ਮੇਰੀਆਂ ਅੱਖਾਂ ਲੈ ਲਾ ਮੈਂ ਤੈਨੂੰ ਕੁਛ ਨਹੀਂ ਕਹਿੰਦਾ। ਏਦਾਂ ਹੀ ਲੱਗਦਾ ਹੁੰਦਾ ਨਾ ਦੀਪ ਸਿੰਘ, ਤਾਂ ਏਦਾਂ ਹੀ ਲੱਗਦਾ ਜਿਵੇਂ ਇਹੀ ਬੋਲਦੇ ਆ। ਤੂੰ ਬੰਦ ਕਰਕੇ ਬੋਲ, ਤੂੰ ਇੱਕ ਇੱਕ ਅੱਖਰ ਬੋਲ, ਇੱਕ ਇੱਕ ਤੂੰ ਦੋ ਚਾਂਸ ਤੇਰੇ ਅਤੇ ਦੋ ਚਾਂਸ ਹੋਰ ਰਹਿ ਗਏ, ਤੂੰ ਜੋ ਮਰਜ਼ੀ ਕਰ ਲਾ ਮੈਂ ਤੇਰੇ ਪਿੱਛੇ ਆਊਂ। ਲਾਸਟ ਰਹਿ ਗਿਆ, ਤੂੰ ਅਜੇ ਅੱਖਾਂ ਹੀ ਦੇਖੀਆਂ ਨੇ, ਉਹ ਨਹੀਂ ਦੇਖਿਓ ਤੂੰ ਅਜੇ ਅੱਖਾਂ ਹੀ ਦੇਖੀਆਂ ਨੇ, ਅੱਖਾਂ 'ਚ ਨਹੀਂ ਦੇਖਿਆ ਸਾਡੇ ਤੇ ਹੀ ਆਉਣ ਜਾਣੇ ਚੜਕੇ ਜਿਹੜੇ ਸਾਡੇ ਸਿਰੋਂ ਚੜੇ ਬੱਲੀਏ। ਉਹ ਯਾਰ ਇਹ ਤਾਂ ਨੋਰਮਲ ਜਿਹੀ ਗੱਲਾਂ ਨੇ, ਯੂ ਨੋ ਡੈਟ ਆ ਨਿੱਕੇ ਮੁੰਡੇ ਚਾਹੁੰਦੇ ਤਾਂ ਵੇਖਦਾ ਮੈਂ ਕਰਦਾ ਨੀ, ਜਿਵੇਂ ਕਰਦਾ ਫਿਰ ਮੈਂ ਜਿੱਤੀ ਜਾਂਦਾ ਹੁੰਦਾ ਤਾਂ ਕਰਕੇ। ਚਲੋ ਹੁਣ ਤੁਹਾਡੀ ਵਾਰੀ, ਫੱਕ ਆਈ ਡੋਨਟ ਗਿਵ ਅ ਫੱਕ, ਆਈ ਡੋਨਟ ਗਿਵ ਅ ਫੱਕ, ਬੋਲ ਗਿਆ ਮੈਂ, ਆਈ ਡੋਨਟ ਗਿਵ ਅ ਫੱਕ। 50 ਮੈਂ ਅਮਨ ਨੂੰ 50,000 ਰੁਪਇਆ ਦਊਂਗਾ ਇੱਕ ਦਿਨ 'ਚ ਖਰਚ ਕਰਨ ਲਈ। ਨਹੀਂ ਨਹੀਂ ਇਹੋ ਜਿਹਾ ਕੋਈ ਮੈਂ ਨਹੀਂ ਕਰਨ ਲੱਗਾ ਸੀਗਾ। ਪਿਆਰ ਮੂੰਹ 'ਚੋਂ ਦਿਖਾ, ਮੂੰਹ 'ਚੋਂ ਕਿਹੜਾ ਪਿਆਰ ਦੇਖਦਾ ਹੁੰਦਾ ਭਰਾਵਾ, ਪਿਆਰ ਕਿੱਥੇ ਗਿਆ? ਹਾਰ ਗਿਆ ਬਾਈ, 6 'ਚੋਂ ਠੀਕਾ, 6 'ਚੋਂ ਇਹਦੇ 3 ਆ ਮੇਰੇ 2 ਆ। ਮੈਂ ਸਟਾਰਟ ਕਰੂੰਗਾ, ਮੈਂ ਸਟਾਰਟ ਕਰੂੰ, ਇਹ ਬਰੇ ਮੈਂ ਇਕੱਲਾ ਇਕੱਲਾ ਐਕਸ਼ਨ ਕਰ ਦਿਖਾਉਂਦਾ ਇਹਨੂੰ, ਆਦੀ ਵਾਰ ਤੇ ਐਂ ਕਰਕੇ ਸਾਰ ਦਿੰਦਾ। ਚੱਲ ਤੂੰ ਟੋਪੀ ਪਾ ਜਾ, ਸੂਈ ਕੁੱਤੀ ਚਲੋ ਜਾ ਕੇ ਇਲਾਜ ਕਰੋ ਆਪਣਾ। ਸੂਈ ਕੁੱਤੀ, ਏਡੀ ਸੂਈ ਕੁੱਤੀ, ਇਹਦਾ ਤਾਂ ਪੂਰਾ ਵੀ ਨਹੀਂ ਹੁੰਦਾ ਉਹਦਾ। ਦਵਾ 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 ਦਵਾ, 1 ਦਵਾ ਦਵਾ, ਸੋਸ ਨਹੀਂ ਜਿਹੜਾ, ਨਹੀਂ ਦਵਾ ਦਵਾ ਦਵਾ, ਇਲਾਜ ਤਾਂ 2 ਦਾ ਹੋ ਰਿਹਾ ਗਿਆ, ਹਾਂ 2 ਦਾ ਹੋ ਰਿਹਾ ਗਿਆ, ਧਿਆਨ ਸੇ ਲਿਖ ਗਿਆ, ਹਾਂ ਟੋਪੀ ਭਾਵੇਂ ਸੋਨੇ ਦੀ ਦੇ ਲਾ, ਮੰਗਦਾ ਕਮਲਾ ਨੀ ਕੋਈ, ਠੀਕ ਆ ਵੀਰੇ, ਇੰਨੇ ਤਾਂ ਮੈਂ ਪੁੱਜ ਹੀ ਰਹਿਣਾ ਸੀਗਾ, ਦੇਖ ਰਿਹਾ ਸੀ ਮੈਂ ਤੁਹਾਨੂੰ, ਦੇਖ ਰਿਹਾ ਸੀ ਤੁਸੀਂ ਸਮਝਦੇ ਹੋ, 150 ਦਾ ਖਰਚਾ ਕਰਾ ਦੇਣਾ ਸੀ ਦਿਮਾਗ ਤੇ, ਬਦਾਮਾਂ ਦੇ ਦਵਾਈ ਤੇ ਬਦਾਮਾਂ ਦੇ, 7 ਰਾਉਂਡ ਹੋ ਗਏ, 3-3 ਸਕੋਰ, ਓਏ ਬਹੁਤ ਟੱਕਰ ਦਾ ਮੁਕਾਬਲਾ ਚੱਲ ਰਿਹਾ, ਸਿਰਫ 3 ਚੀਜ਼ਾਂ ਰਹਿ ਗਈਆਂ, 3 ਵਿੱਚ ਜਿਹੜਾ ਜਿੱਤ ਗਿਆ ਜਿੱਤ ਗਿਆ। ਸੋ ਸਿੰਪਲ, ਦੱਸੋ ਆਈ ਡੋਨਟ ਗਿਵ ਅ ਫੱਕ, ਨਹੀਂ ਆ ਜਾ ਮੈਕਸੀਕੋ ਚਲੀਏ, ਆ ਜਾ ਮੈਕਸੀਕੋ ਚਲੀਏ, ਮੈਂ ਕਿਹਾ ਅੱਜ ਗਰਾਉਂ ਚਲੀਏ, ਆ ਜਾ ਮਣੀ ਕਰਨ ਚਲੀਏ, ਇਹ ਬੜੀਆ ਥਾ ਗੁਰੂ, ਹਾਰ ਗਿਆ ਤੂੰ, ਤੂੰ ਹਾਰ ਗਿਆ ਵੀਰ, ਨਹੀਂ ਨਹੀਂ ਬਾਈ ਮੈਂ ਹੁਣ ਜੋ ਜਿਹੜਾ ਗਾਣਾ ਪ੍ਰੋਪਰ ਹੋਵੇਗਾ ਨਾ, ਇਹ ਚਲਾਕੀ ਆ ਮੈਕਸੀਕੋ ਜੇ ਜੋ ਕੁਝ ਹੋਰ ਗਿਆ, ਤੂੰ ਤਾਂ ਕਰਨੋ ਲੇਡੀ ਸੀ ਚੇਂਜ ਕਰਤੇ ਤੂੰ, ਸਹੀ ਆ ਵੀਰੇ, ਜੱਜ ਸਾਹਿਬ ਨੇ ਕਹਿਤਾ ਹੁਣ ਤਾਂ ਸਹੀ ਕਹਿਣਾ ਹੀ, ਇਹ ਗੱਲ ਹੈ ਮੈਕਸੀਕੋ ਨਹੀਂ ਸਹੀ ਜਗ੍ਹਾ ਤੇ ਲੈ ਕੇ ਜਾਂਦਾ ਪਿਆ, ਮਨੀ ਕਰਨ ਲੈ ਕੇ ਜਾ ਰਿਹਾ, ਹੋਰ ਕੀ ਚਾਹੀਦਾ, ਲਿਪਸਿੰਗ ਲੈ ਕੇ ਜਾ ਰਿਹਾ, ਹਾਰ ਜਾ ਯਾਰ, ਉਹ ਵੀ ਵਧੀਆ ਗੱਲ ਹੈ, ਵਧੀਆ ਗੱਲ ਹੈ, ਮੈਕਸੀਕੋ ਤੋਂ ਵਧੀਆ ਮਣੀਕਰਨ ਸਾਹਿਬ ਹੈ, ਤਾਂ ਕਰਕੇ ਤੈਨੂੰ ਹਾਰਨਾ ਪੈਣਾ ਇੱਥੇ, ਰੱਬ ਦੇ ਅੱਗੇ ਜਿੱਤ ਕੋਈ ਨਹੀਂ ਸਕਦਾ, ਜਮਾ ਨਹੀਂ ਮੈਂ ਨਹੀਂ ਹਾਰਦਾ,
ਮੈਂ ਸਹੀ ਬਈ ਆਪਦੇ ਵੱਲੋਂ ਕੀਤਾ ਵਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਮਣੀਕਰਨ ਕਹਿਣਾ ਇਹਨੇ ਕਿ ਲੋ ਲਿਪਸਿੰਗ ਪੜਦਾ ਹੈ ਲਿਪਸਿੰਗ ਪੜੋ ਫਿਰ ਚੱਲ ਦੁਬਾਰਾ ਬੋਲ ਇਦਾਂ ਬੋਲ ਹਾਂ ਮਣੀਕਰਨ ਚੱਲੀਏ ਨਹੀਂ ਨਹੀਂ ਬਈ ਨਹੀਂ ਹੋ ਗਿਆ ਮੈਂ ਪੁੱਛਾਂ ਵਕਤ ਵੀ ਕਿੰਜ ਲੰਘਿਆ ਤੇ ਮੇਰੇ ਤੇਰੇ ਤੇਰੇ ਮੇਰੇ ਮੇਰੇ ਨਹੀਂ ਨਹੀਂ ਇਦਾਂ ਨਹੀਂ ਸੀ ਗਾਣਾ ਤਾਂ ਮੈਂ ਬੁੱਝ ਲਿਆ ਇਦਾਂ ਹੈ ਹੀ ਨਹੀਂ ਸੀ ਗਾਣਾ ਮਿਰਜੀ ਫੜੋ ਇਹਨੂੰ ਇਦਾਂ ਹੈ ਹੀ ਨਹੀਂ ਮੈਂ ਇਦਾਂ ਗਾਇਆ ਮੈਂ ਇਦਾਂ ਗਾਇਆ ਮੈਂ ਪੁੱਛਣਾ ਵਕਤ ਤੂੰ ਪੁੱਛਣਾ ਵਕਤ ਵੀ ਮੇਰਾ ਕਿਵੇਂ ਲੰਘਿਆ ਸੀ ਤੇਰੇ ਓਏ ਭਰਾਵਾ ਮੈਂ ਕੋ ਬੁੱਝ ਲਿਆ ਤੂੰ ਵੀ ਚੇਂਜ ਕੀਤਾ ਬਈ ਮਿਰਜੀ ਮਿਰਜੀ ਮੇਰੇ ਸਟਾਰਟਿੰਗ ਵਾਲੇ ਇਹਨੇ ਮਨੀ ਕਰਨ ਕਿਹਾ ਸੀ ਮੈਂ ਭਰਾਵਾ ਮੈਂ ਸਟਾਰਟਿੰਗ ਵਾਲੇ ਵੱਲ ਜਮਾ ਸਹੀ ਲਾਇਆ ਯਾਰ ਵੀਡੀਓ ਦੇਖ ਲੈਣ ਕਿਹਦੇ ਸਹੀ ਕੀਤਾ ਹਾਂ ਇਹ ਵੀਡੀਓ ਪਤਾ ਲੱਗੂਗਾ ਵੀਡੀਓ ਦਾ ਕੀ ਹੁਣ ਤਾਂ ਹਰ ਮਿਰਜੀ ਇਹ ਤੁਸੀਂ ਸਾਰਾ ਸਭ ਧੋਖਾ ਕਰ ਰਹੇ ਜੇ ਤੁਸੀਂ ਮਨੀ ਕਰਨ ਕਰਤਾ ਜੀ ਉੱਥੇ ਮੈਂ ਤੇਰੇ ਮੇਰੇ ਚ ਫਰਕ ਕਰਤਾ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਸਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਅਵਾਜ਼ ਘਟਾਤੀ ਰਾਮੀ ਉਹਦਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੋਮੀ ਮਿਸ ਇੰਡੀਆ ਬਿਸਕਿਟ ਬਿਸਕਿਟ ਆ ਲਾਸਟ ਚਾਂਸ ਆ ਇਦੋਂ ਬਾਅਦ ਨੂੰ ਡੇਰ ਮੈਂ ਸੱਚੀ ਬੋਲਦੀ ਹਾਂ ਇੰਡੀਆ 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 ਦਾ ਠੀਕ ਆ ਪਹਿਲਾਂ ਦਾ ਮਿਸ ਇੰਡੀਆ ਸੀਗਾ ਮਿਸ ਇੰਡੀਆ ਨਹੀਂ ਸੀ ਨਹੀਂ ਨਹੀਂ ਮਿਸ ਇੰਡੀਆ ਇਸ ਤਰ੍ਹਾਂ ਗਲਤ ਹੋ ਗਿਆ ਲੋ ਬਈ ਅਮਨ ਹੁਣ ਹਾਰ ਚੁੱਕਿਆ ਇੱਧਰ ਆ ਮਿਸ ਇੰਡੀਆ ਕਿਹਾ ਸੀ ਵੀਰੇ ਮਿਸ ਇੰਡੀਆ ਵਾ ਮਿਸ ਇੰਡੀਆ ਕੀ ਹੁੰਦਾ ਲੱਗਾ ਜਿਵੇਂ ਕਿ ਤੁਸੀਂ ਦੇਖਿਆ ਅਮਨ ਹੁਣ ਹਾਰ ਚੁੱਕਿਆ ਵਾ ਇਹ ਵਾਲਾ ਚੈਲੇਂਜ ਝੂਠ ਅਤੇ ਆਪਾਂ ਤੁਹਾਨੂੰ ਪਤਾ ਜਿਵੇਂ ਕਿ ਕੋਈ ਵੀ ਆਪਾਂ ਨਾ ਕੋਈ ਉਹ ਚਲਾਕੀ ਕੀਤੀ ਨਾ ਕੋਈ ਰੋਂਡੀ ਪਿੱਟੀ ਹੈ ਫਿਰ ਵੀ ਤੁਹਾਨੂੰ ਪਤਾ ਸੋ ਇੰਟੈਲੀਜੈਂਟ ਬੋਏ ਆ ਯਾਰ ਮੈਂ ਬਹੁਤ ਸੌਖੇ ਸੌਖੇ ਦਿੱਤੇ ਜੀ ਮੈਂ ਕਿਹਾ ਵੱਡਾ ਹੈਗਾ ਜਿੱਤ ਲੈਣ ਦਿਓ ਚਲੋ ਕੋਈ ਨਹੀਂ ਮੈਂ ਵੀ ਇੱਦਾਂ ਬਹੁਤ ਮਤਲਬ ਫੁੱਲ ਐਫਰਟਸ ਕੀਤੇ ਵੀ ਛੋਟਾ ਹੋ ਜਾਵੇ ਤਾਂ ਜਾਵੇ ਪਰ ਇਹਦਾ ਦਿਮਾਗ ਉੱਥੇ ਹੀ ਰਹਿਣਾ ਨਹੀਂ ਬਾਈ ਮੈਂ ਬਹੁਤ ਵਧੀਆ ਬੁੱਝੀ ਨਹੀਂ ਬਹੁਤ ਵਧੀਆ ਸੀ ਵੈਲ ਵੈਲ ਟਰਾਈਡ ਸੀ ਇਹ ਸਭ ਤੋਂ ਵੱਡਾ ਬੁੱਝੜਾ ਮੈਂ ਵੱਡਾ ਬੁੱਝਣਾ ਕਿਉਂਕਿ ਮੈਂ ਬੁੱਝ ਗਿਆ ਹਰਾ ਕੋ ਅਤੇ ਹੁਣ ਆਪਾਂ ਨੂੰ ਇੱਕ ਡੇਅਰ ਦੇਣਾ ਡੇਅਰ ਇਹ ਤਾਂ ਦੱਸਿਆ ਨਹੀਂ ਦੱਸਿਆ ਜੀ ਮੇਰੇ ਸਟਾਰਟਿੰਗ 'ਚ ਕਿਹਾ ਤਾਂ ਹੈ ਗਈ ਹੁਣ ਆਪਾਂ ਆ ਚੁੱਕੇ ਹਾਂ ਬਾਹਰ ਇਹਦਾ ਜਿਹੜਾ ਡੇਅਰ ਆ ਉਹ ਇਹ ਆ ਅਮਨ ਸਿੰਘ ਇੱਥੇ ਕੁੱਤੇ ਆ ਬਹੁਤ ਬਹੁਤ ਕੁੱਤੇ ਆ ਤੂਰੇ ਜੇ ਹੈ ਨਾ ਅਤੇ ਓਏ ਬੇਇੱਜ਼ਤੀ ਕਰ ਗਿਆ ਆਪਣੀ ਸਹੀ ਗੱਲ ਕਹੀਏ ਸੱਚ ਨਹੀਂ 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 ਗੱਲਾਂ ਗੱਲਾਂ ਇੱਦਾਂ ਗੱਲਾਂ ਗੱਲਾਂ ਤਾਂ ਤੁਸੀਂ ਟਾਲਦੀ ਨਹੀਂ ਗੱਲ ਨੂੰ ਤੁਸੀਂ ਜਿੰਨੇ ਵੀ ਕੁੱਤੇ ਕੁੱਤੇ ਨਾ ਕੁੱਤਿਆਂ ਵਾਂਗੂ ਹੀ ਬਹਿਣਾ ਇਹਦੇ ਕਰਕੇ ਜਿਵੇਂ ਬਹਿੰਦੇ ਹੁੰਦੇ ਆ ਉਹ ਪਹਿਲਾਂ ਬਣ ਕੇ ਦਿਖਾਓ ਕਿਵੇਂ ਬਹਿਣਾ ਇਹ ਮੈਨੂੰ ਦਿਖਾਓ ਤਾਂ ਸਹੀ ਬੈਠ ਕੇ ਦਿਖਾਓ ਫਿਰ ਚੱਲ ਕੋਈ ਨਹੀਂ ਚੱਲ ਬਈ ਹੋ ਜਾ ਤਿਆਰ ਬੁਲਾਵਾਂ ਕੁੱਤੇ ਬੁਲਾ ਓਏ ਤੇਰੀ ਭਾਸ਼ਾ ਸਮਝ ਦੇ ਓਏ करना ही ਆਪਣੀ ਤਾਂ ਗੱਲ ਵੀ ਨਹੀਂ ਹੋਈ ਤੇ ਗਾਈਜ਼ ਇਹ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਹੋਪ ਤੁਹਾਨੂੰ ਇਹ ਬਲੌਗ ਜਿਹੜਾ ਪ੍ਰੈਂਕ ਆਇਆ ਜੋ ਵੀ ਚੈਲੇਂਜ ਜੋ ਵੀ ਸੀ ਵਧੀਆ ਲੱਗਿਆ ਹੋਊਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਆਪਣਾ ਫੇਵਰੇਟ ਪਾਰਟ ਬਾਕੀ ਵਾਲੇ ਇੱਦਾਂ ਸੀਗਾ ਡੇਅਰ ਮੌਕੇ 'ਤੇ ਸੋਚਿਆ ਚਲੋ ਦੇ ਤਾ ਕੋਈ ਚੱਕਰ ਨਹੀਂ ਅਗਲੀ ਵਾਰੀ ਵਧੀਆ ਵਧੀਆ ਡੇਅਰ ਦਿਆ ਕਰਾਂਗੇ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਪੜ੍ਹਦੇ ਹਾਂ ਹਿੱਟੇ ਹੈ ਨਾ ਤੁਹਾਡੇ ਕਮੈਂਟਸ ਵਗੈਰਾ ਥੈਂਕ ਯੂ ਸੋ ਮਚ ਫੋਰ ਵਾਚਿੰਗ ਵਿਦ ਦਿਸ ਵੀਡੀਓ ਥੈਂਕ ਯੂ ਸੋ ਮਚ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ